ਵਾਲੀਬਾਲ ਸ਼ੂਟਿੰਗ ਹਰਿਆਣਾ ਦੇ ਸ਼ੇਅਰ ਕਰਦੀ ਬਾਈ ਉਹ ਬਾਲ ਆ ਉਹ ਲੱਭਿਆ ਅਜੇ ਚੱਲੇ ਨੀਰਜ ਬਾਈ ਕੰਮ ਚੱਲੇ ਵਧੀਆ ਵਧੀਆ ਅਜੇ ਡੁੱਲ ਕਨਾਡਾ ਕੀ ਹਾਲ ਚਾਲ ਹੈ ਬਾਈ ਬਾਈ ਸ਼ੇਅਰ ਜ਼ਰੂਰ ਕਰੀ ਚਲੋ ਚੱਲਦੇ ਲਾਈਵ ਨੂੰ ਸਾਰੇ ਭਰਾ ਬੜੀਆ ਬੜੀਆ ਅਜੇ ਬਾਈ ਹੋਰ ਸਹੀ ਚੱਲ ਰਿਹਾ ਕੰਮ ਕਾਰ ਆਪਣੀ ਕਿਆ ਮਿਹਰਬਾਨੀ ਹੈ ਬਾਈ ਮਿਹਰਬਾਨੀ ਤੋਂ ਪਰਮਾਤਮਾ ਕੀ ਹੈ ਬਾਈ ਸਾਹਿਬ ਚਲੋ ਵਧੀਆ ਕੰਮ ਵਧੀਆ ਚੱਲਣਾ ਚਾਹੀਏ ਬਾਈ ਸਾਰੇ ਬਾਈ ਸ਼ੇਅਰ ਜ਼ਰੂਰ ਕਰਦੀ ਹੈ ਇੱਕ ਦੋ ਦੋ ਜ਼ਬਰਦਸਤ ਮੈਚ ਲੱਗੇਗਾ ਬਾਈ ਪੂਰਾ ਹਾਈ ਵੋਲਟੇਜ ਮੈਚ ਚੱਲੇਗਾ ਬਿਲਕੁਲ ਬਿਲਕੁਲ ਅਜੇ ਬਾਈ ਕੱਲ੍ਹ ਕੋਲ ਕਰੀਓ ਅਜੇ ਬਾਈ ਇੱਕ ਵਾਰ ਕੱਲ੍ਹ ਕਾਮ ਹੈ ਕੋਈ ਅੱਜ ਕੱਲ੍ਹ ਕੋਲ ਕਰੀਓ ਦਿਨ ਮੈਂ ਠੀਕ ਹੈ ਬਾਈ ਠੀਕ ਹੈ ਬਾਈ
ਜੋਧਪੁਰੀਆ ਬਾਈ ਫਾਈਨਲ 'ਚ ਪਹੁੰਚ ਗਈ। ਨਹੀਂ ਨਹੀਂ ਸੈਕਿੰਡ ਫਾਈਨਲ ਸੈਮੀਫਾਈਨਲ ਚੱਲੀ ਜਾਂਦਾ ਨਾਨਕ ਬਾਈ। ਸਾਰੇ ਭਰਾ ਸ਼ੇਅਰ ਜ਼ਰੂਰ ਕਰ ਦਿਓ ਬਈ ਚੱਲਦੇ ਲਾਈਵ ਨੂੰ। ਮੁੰਡਿਆ ਪਾਤਾ ਪੜਾਕਾ ਨੈਟਮੈਨ ਨੇ। ਸਕੋਰ ਦੱਸਦੇ ਆ ਬਈ, ਸਕੋਰ ਕੀ ਹੈ? ਠੀਕ ਹੈ ਬਈ, ਮਾਨਖੇੜੇ ਦੇ 3 ਹੈ ਉੱਧਰ, ਅਜੇ ਖਾਤਾ ਨਹੀਂ ਖੁੱਲਿਆ ਭਨਿਆਰੀ ਦਾ। ਆਊਟ ਬਾਲ, ਜੀਰੋ 3 ਸਰਵਿਸ ਚੇਂਜ। ਮੈਂ ਦੇਖਾਂ ਹਮ ਉਹਦੇ ਨਾਲ ਆ ਰਹੇ ਹਾਂ।
ਉਹ ਡਿਫੈਂਸ ਹੈ ਯਾਰ। ਆਊਟ ਬਾਲ, ਸਹੀ ਹੈ ਸਹੀ ਹੈ। ਅੱਛਾ ਅੱਛਾ ਵਿਜੇਂਦਰ ਹੈ ਕੋਈ ਕੰਮ? ਕਮਾਲ
ਕਿਸ ਕਰੋ ਤੁਸੀਂ ਪ੍ਰਵੀਨ ਸਕੋਰ ਓਕੇ 05 ਓਰੀ ਬਾਈ 5 ਪਨਿਆਰੀ ਦੇ ਨੇ ਇੱਧਰ ਅਜੇ ਮਾਨ ਖੇੜੇ ਦਾ ਖਾਤਾ ਨਹੀਂ ਖੁੱਲਿਆ ਪਹਿਲਾਂ ਮੈਂ ਉਲਟੇ ਦੱਸਦੇ ਸੀ ਸਕੋਰ ਓਕੇ ਓਕੇ ਰਵੀ ਬਾਈ ਰਵੀ ਕੰਬੋਜ ਥੈਂਕ ਯੂ ਬਾਈ ਸ਼ੇਅਰ ਜ਼ਰੂਰ ਕਰ ਦਿਓ ਨੰਬਰ ਮੇਰਾ ਸਕੋਰ 05 ਹੈ ਮੇਰੇ ਖਿਆਲ 06 ਹੈ 05 ਗੌਰਵ ਬੜੌਂਦੀ USA ਨਹੀਂ ਬਾਈ ਸੈਮੀ ਫਾਈਨਲ ਹੈ ਦੂਸਰਾ ਸੈਮੀ ਫਾਈਨਲ ਫਾਈਨਲ ਮੈਂ ਇੱਕ ਟੀਮ ਪਹੁੰਚ ਗਈ ਹੈ ਜੋਧਪੁਰੀ ਹੈਗੀ ਓਕੇ ਓਕੇ ਰਵੀ ਬਾਈ ਫੜ ਹੀ ਨਹੀਂ ਸਤਾ ਯਾਰ ਜੇ ਫੜੋਗੇ ਤਾਂ ਆਪ ਹੀ ਦੇ ਦਾਂਗੇ ਯਾਰ ਡਿੱਗਦੀ ਗੱਲ
ਲੇਟ ਤਾਂ ਵਾਹਲਾ ਹੋ ਗਿਆ ਮਲਕੀਤ ਬਾਈ ਬਾਲ ਵੀ ਵੱਜ ਸਕਦੇ ਬਾਲ ਬਾਲ ਕਿਹੜੀ ਜਦੋਂ ਗੱਲ ਤੋਂ ਹੀ ਹੈ ਬਾਹਰ ਲੈ ਬੋਲੇ ਨਾ ਇਹਨੂੰ ਬੜੀ ਦਿੱਕਤ ਬੜੀ ਬਿਮਾਰੀ ਆਉਂਦੇ ਥੋੜੇ ਅੰਦਰ ਤੈਨੂੰ ਪਤਾ ਹੀ ਕੋਈ ਪਹਿਲੀ ਵਾਰ ਇਹ ਤਾਂ ਧੱਕੇ ਨਾ ਦੇਖ ਦੇਗਾ ਬਾਜੇ ਜੇ ਤੂੰ ਨਰਿੰਦਰ ਜੀ ਫਾਊਲ ਦਾ ਚੱਕਰ ਆ ਸਕੋਰ ਨੀਰਜ 0-5 ਐਮ ਲੱਗਦਾ ਕੁਛ ਨੀ ਰਵੀ ਬਾਈ ਫਾਊਲ ਦਾ ਥੋੜਾ ਚੱਕਰ ਕਹਿੰਦਾ ਫਾਊਲ ਗਲਤ ਦੇਤਾ ਰੈਫਰੀ ਨੇ ਔਰ ਪੁਲਿਸ ਕਿੱਧਰ ਆ ਗਈ ਦੇਖੋ ਕੋਮਨ ਕਰਨਗੇ ਕਿ ਨਾ ਬਾਈ ਕਮੇਟੀ ਨੇ ਨਿਬੇੜਨਾ ਕੀ ਨਿਬੇੜਦੇ
ਆ ਗਿਆ ਰੈਫਰੀ, ਆ ਗਿਆ, ਆ ਗਿਆ ਰੈਫਰੀ, ਆ ਗਿਆ। ਚੱਲ ਪੁਲਸੀਆ ਇਹਦੀ ਕਿੱਟਾਂ ਪਾਈ ਫਿਰਦੇ ਆ ਫੌਜੀ, ਮਣੀ ਮਣੀ ਫੌਜੀ, ਮਣੀ ਫੌਜੀ। ਮੈਂ ਉਹਨੂੰ ਫੌਜੀ ਸਮਝ ਹੀ ਜਾਂਦਾ ਸੀ, ਉਹ ਕਿੱਟਾਂ ਨਹੀਂ ਪਾਈ ਰੱਖਦਾ ਉਹ ਜਿਹੜਾ ਗੈਸ ਏਜੰਸੀ 'ਚ ਲੱਗਿਆ ਹੋਇਆ। ਆਹੋ ਖੁਸ਼ੀ, ਹਾਂ ਜੀ, ਮੈਂ ਉਹਨੂੰ ਫੌਜੀ ਆਹ ਖੜਾ, ਆਹ ਖੜਾ, ਉਹ ਆਹ ਨਹੀਂ ਦੂਜਾ ਇੱਕ ਹੋਰ ਮਦਰੇ ਜੀ ਕਰਦਾ ਗੱਗੀ, ਗੱਗੀ ਗੱਗੀ ਨਵੀ ਕਿੱਧਰ ਰਹਿ ਗਿਆ। ਅਮਿਤ ਬਾਈ ਇਹ ਟੀਮ ਹੈਗਾ ਮਾਨਖੇੜਾ ਤੇ ਪਨਿਆਰੀ ਦਾ ਸੈਮੀ ਫਾਈਨਲ, ਦੂਜਾ ਸੈਮੀ ਫਾਈਨਲ ਹੈ। ਕੈਮਰੇ ਦੇ ਸਾਹਮਣੇ ਆ ਬਾਈ ਮਾਨਖੇੜਾ, ਦੂਜੀ ਸਾਈਡ ਟੀਮ ਆ ਪਨਿਆਰੀ ਦੀ, ਰਾਜਪਾਲ ਬਾਗੜੀ ਵਰਗੇ। ਹਾਂ ਸੰਧਲ ਕੀ ਹੋ ਗਿਆ, ਦੂਜਾ ਜੀ ਦੂਜਾ ਜੋਧਪੁਰੀ ਟੀਮ ਫਾਈਨਲ 'ਚ, ਦੜਬੀ ਹਰ ਗਈ ਸੀ ਅਨਮੋਲ ਬਾਈ। ਜੋਧਪੁਰੀਆ ਤੋਂ ਹਰਗੀ ਸੀ ਹਿਜਰਾਵਾਂ ਬਾਈ, ਫਾਉਲ ਦੇ ਤਾ ਬਾਈ, ਤੁਹਾਨੂੰ ਲੱਗਦਾ ਰੈਫਰੀ ਦੋ ਬਿਠਾ ਦੇ। ਖਾਤਾ ਖੁੱਲ ਗਿਆ ਇੱਧਰ ਮਾਨਖੇੜੇ ਦੀ ਟੀਮ ਦਾ ਬਾਈ, ਦੋ ਹੋ ਗਏ, ਦੋ ਪੰਜ, ਵਾਲੀਬਾਲ ਸ਼ੂਟਿੰਗ ਹਰਿਆਣਾ ਬਾਈ, ਵਾਲੀਬਾਲ ਸ਼ੂਟਿੰਗ ਹਰਿਆਣਾ,
ਧੰਨਵਾਦ। ਕਿਹੜਾ ਪਿੰਡ ਆ ਬਾਈ? ਹੈਲੋ, ਖੁਸ਼ੀ
ਨਾ ਬੇਟੇ ਇੱਧਰ ਨਹੀਂ, ਇੱਧਰ ਗੁੜੀ ਇੱਧਰ ਆ ਜਾ, ਬਾਹਰ ਲੱਗ ਜੂ, ਬਾਹਰ ਲੱਗ ਗਈ ਨਾ। ਛਕਲੇ ਦੇਖਣਾ ਹੀ ਹਟ ਗਿਆ, ਬਾਰੇ ਕਾ ਨਹੀਂ ਆਈ ਬਈ, ਅਜੇ ਨਹੀਂ ਪਤਾ ਲੱਗਦਾ, ਅਜੇ ਤਾਂ ਛਾਂ ਆ ਜਾਂ ਧੁੱਪ ਆ ਗਈ ਉਹਦੀ ਹੋ ਜੂ। ਤੇਰਾ ਪਿੰਡ ਪਹੁੰਚ ਜਾਵੇ ਆਇਆ ਪਰਾਂਠਾ ਜਿਵੇਂ ਆਇਆ ਕਰੇ ਪੇਟ ਪੂਜਾ। ਨਵੀਂ ਕਿੱਧਰ ਗਿਆ? ਨਹੀਂ ਬਾਈ, ਰਮਨ ਨਾਇਣ ਸੈਮੀਫਾਈਨਲ ਹੈ ਬਾਈ, ਦੂਜਾ ਸੈਮੀਫਾਈਨਲ ਹੈ, ਫਾਈਨਲ 'ਚ ਜੋਧਪੁਰੀ ਆ ਰਮਨ ਨਾਇਣ। ਫਾਈਵ ਸੈਵਨ ਸਕੋਰ ਹੋ ਗਿਆ ਬਾਈ, ਪੰਜ ਮਾਨ ਖੇਡਾ, ਸੱਤ ਭਨਿਆਰੀ। ਹਾਲ ਬਣਾ ਲਿਆ, ਹਾਲ ਬਣਾ ਲਿਆ ਕੋਚ ਵਾਸਤੇ। ਉਹ ਬਾਲ ਆ ਮੁੰਡਿਆ, ਵਧੀਆ ਵਧੀਆ। ਸਿੱਪਾ ਜੈਲਦਾਰ ਕੈਨੇਡਾ ਵਾਲਾ ਜੁੜ ਗਿਆ ਲਾਈਵ। ਹੋਰ ਸਿੱਪੇ ਕੀ ਹਾਲ ਚਾਲ ਹੈ ਬਾਈ? ਉਹ ਬਾਲ ਉਹ ਅਸ਼ੋਕ, ਬਾਬਾ ਹਾਰ ਗਿਆ ਸੀ ਬਾਈ ਢਾਣੀ ਮਹਿਤਾਬ ਨੂੰ। ਆ ਵਧੀਆ ਚਾਹੀਦਾ ਸਿੱਪੇ ਬਾਈ, ਹੋਰ ਘਰ ਪਰਿਵਾਰ ਠੀਕ ਆ ਉੱਥੇ? ਕਿੰਨਾ ਹੋ ਗਿਆ ਸਕੋਰ?
ਸਕੋਰ ਕੀ ਹੋ ਗਿਆ? ਸਕੋਰ 7 ਬਰਾਬਰ। 7 ਬਰਾਬਰ ਹੋ ਗਏ ਬਾਈ ਸਕੋਰ। ਓਕੇ ਓਕੇ ਸਿੱਪੇ ਬਾਈ, ਨਵੀਂ ਹੈ ਨਹੀਂ, ਕੋਈ ਨਹੀਂ ਮੈਂ ਆਪ ਕਹਿ ਦਿੰਦਾ। ਦੂਜੇ ਪਾਸੇ ਟੀਮ ਪਨਿਆਰੀ ਦੀ, ਕਿੱਥੇ ਆ? ਆ ਜਾ, ਕਰ ਦੇ ਅਨਾਊਂਸਮੈਂਟ ਕੋਈ ਪੈਸਿਆਂ ਦੀ। ਆ ਸਿੱਪਾ ਕਹਿੰਦਾ ਹੈ, ਸਿੱਪਾ ਜੁੜਿਆ ਲਾਈਵ ਮੀਰਪੁਰੀ ਆ, ਉਹ ਕਹਿੰਦਾ ਵੀ ਜੇ ਮਾਨ ਖੇਡਾ ਫਾਈਨਲ ਖੇਡ ਦੀ ਤਾਂ 2100 ਦੇ ਮਾਨ ਸਨਮਾਨ ਕੀਤੇ ਜਾਣਗੇ। ਗੁੱਡ ਮਾਰਨਿੰਗ ਮਹਾਂਵੀਰ ਸਿੰਘ ਜੀ, ਕਿਆ ਹਾਲ ਚਾਲ ਹੈ ਡਾਕਟਰ ਸਾਹਿਬ? ਸਤਿ ਸ਼੍ਰੀ ਅਕਾਲ ਗਗਨ, ਗਗਨ ਕੁੰਬਰ ਕੀ ਹਾਲ ਚਾਲ ਹੈ ਬਾਈ? ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਵਧੀਆ ਚਾਹੀਦਾ, ਹੋਰ ਠੀਕ ਠਾਕ ਹੋ? ਬਾਈ ਸ਼ੇਅਰ ਜ਼ਰੂਰ ਕਰੀ ਚੱਲੋ, ਜਿੰਨੇ ਕੁ ਭਰਾ ਲਾਈਵ ਦੇਖੀ ਜਾਂਦੇ ਆ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਓਪੀ ਮਟੋਰ। ਉਹ ਕਿਰਪਾ ਚਾਹੀਦੀ ਹੈ ਗਗਨ ਬਾਈ, ਸ਼ੇਅਰ ਜ਼ਰੂਰ ਕਰ ਦਿਓ ਚੱਲਦੇ ਲਾਈਵ ਨੂੰ ਬਾਈ, ਸਾਈਡਾਂ ਚੇਂਜ ਹੋ ਗਈਆਂ। ਹਾਂਜੀ, ਦੂਜਾ ਸੈਮੀ ਫਾਈਨਲ ਚੱਲੀ ਜਾਂਦਾ ਬਾਈ, ਫਾਈਨਲ 'ਚ ਪਹੁੰਚ ਗਈ ਜੋਧਪੁਰੀਆ ਟੀਮ, ਪਨਿਆਰੀ ਅਤੇ ਮਾਨਖੇੜੇ 'ਤੇ ਚੱਲੀ ਜਾਂਦਾ ਦੂਜਾ ਸੈਮੀ ਫਾਈਨਲ। ਸਕੋਰ 9-7 ਨੇ ਮੇਰੇ ਖਿਆਲ, 9 ਮਾਨ ਖੇਡੇ ਦੇ ਹੋ ਗਏ, 7 ਇੱਧਰ ਨੇ ਪਨਿਆਰੀ ਦੀ ਟੀਮ ਦੇ। ਪੂਰੀ ਟੀਮ ਮਾਨ ਖੇਡਾ ਟੀਮ ਦੀ 9-7 ਆ। ਨਹੀਂ ਲਲਿਤ ਬਾਈ, ਸੈਮੀ ਫਾਈਨਲ ਚੱਲੀ ਜਾਂਦਾ, ਇੱਧਰ ਨਹੀਂ ਬਾਈ ਕਾਕੇ, ਇੱਧਰ ਨਹੀਂ, ਉੱਧਰ ਥੋੜੀ ਜਿਹੀ ਬਾਈ ਹੈ ਬਾਈ, ਇੱਥੇ ਹਲਾਏਗਾ ਤੂੰ ਵੀ। 9 ਤੇ 7 ਨੰਬਰ ਹੈ ਜੀ ਦੂਜੇ ਸੈਮੀ ਦੇ, ਬਹੁਤ ਤਕੜਾ ਮੁਕਾਬਲਾ ਜਿਹੜਾ ਖੇਡਿਆ ਗਿਆ, ਕਾਫੀ ਚਿਰ ਹੋ ਗਿਆ ਮੈਚ ਸ਼ੁਰੂ ਹੋਏ ਨੂੰ, ਔਰ ਜਿਹੜਾ ਹਿਸਾਬ ਜਿਹਾ ਲੱਗੀ ਜਾਂਦਾ ਤੇ ਬਹੁਤ ਚਿਰ ਲੱਗ ਜਾਣਾ ਹਲੇ ਸਮਾਪਤ ਹੁੰਦੇ ਹੁੰਦੇ, ਤੇ ਗੱਲਬਾਤ ਕਿਹੜੀ ਲੱਗਣੀ ਟਿਕਾਣੇ ਆ ਮੁਕਾਬਲੇ ਦੇ ਵਿੱਚ। 9-7 ਦੀ ਟੱਕਰ ਆ, 9 ਨੰਬਰ ਮਾਨ ਖੇੜੇ ਦੀ ਟੀਮ ਦੇ, 7 ਨੰਬਰ ਪਨਿਹਾਰੀ ਦੇ, 9 ਤੋਂ ਹੁਣ 10 ਹੋ ਗਏ। ਆਹ ਸਾਹਮਣੇ ਨੰਬਰ 10ਵਾਂ ਲੱਗ ਗਿਆ, ਉਧਰਲੇ ਪਾਸੇ ਤੱਕਾਂਗੇ, ਨਾਲ ਹੀ ਉਧਰ ਸੀਪਾ ਜੈਲਦਾਰ ਭਰਾ ਸਾਡਾ ਮੀਰਪੁਰੀ ਜਾ ਵਸੇ ਹੋਏ ਕਨੇਡਾ ਦੇ, ਔਰ ਕਹਿੰਦਾ ਵੀ ਮੀਰ
ਔਰ ਸਾਹਮਣੇ ਬਾਣ ਖੇੜੇ ਵਾਲੇ ਮੁੰਡੇ ਜੇ ਫਾਈਨਲ ਖੇਡਦੇ ਆ 2100 ਦੀ ਕਹਿੰਦੇ ਨਗਦ ਰਾਸ਼ੀ ਨਾਲ ਸਨਮਾਨ ਕਰ ਦਾਂਗੇ ਆਪਾਂ। ਔਰ ਬਾਈ ਕਹਿੰਦਾ ਵੀ 2100 ਆਪਣੇ ਵੱਲੋਂ ਜਿਹੜਾ ਹੋਇਆ ਜੇ ਬਾਣ ਖੇੜੇ ਵਾਲੇ ਮੁੰਡੇ ਫਾਈਨਲ ਖੇਡਦੇ ਆ। ਨਾਲ ਹੀ ਉੱਧਰ ਅਮਿਤ ਭਰਾ ਸਾਡਾ ਕੈਨੇਡਾ ਵਾਲਾ, ਨਾ ਰਵੀ ਕੈਨੇਡਾ, ਨਾ ਭਾਊ ਮਹਿਕਮੇ ਵਾਲੇ ਯਾਰ ਸਾਡੇ ਹਰ ਵਾੜੀਆਂ ਸਪੋਰਟਾਂ ਨੇ ਇਸ ਕੱਪੜੇ ਲਈ, ਔਰ ਸਾਰੇ ਭਰਾ ਜਿਹੜੇ ਲਾਈਵ ਜੁੜੇ ਹੋਏ ਆ ਬਹੁਤ ਬਹੁਤ ਸਵਾਗਤ ਨੇ ਸਾਰੇ ਵੀਰਾਂ ਦੇ। ਬਹੁਤ ਸੋਹਣਾ ਟੂਰਨਾਮੈਂਟ ਸਾਰਾ ਖੇਡਿਆ ਗਿਆ ਹੈ। ਹੁਣ ਜਿਹੜੇ ਮੁਕਾਬਲੇ ਦੀ ਤਿਆਰ ਤੇ ਵੇਟ ਸੀਗੇ ਉਹੀ ਮੁਕਾਬਲੇ ਜਿਹੜੇ ਖੇਡੇ ਜਾ ਰਿਹਾ ਹੈ। ਆਹ ਸਾਹਮਣੇ ਚੋਟੀ ਦਾ ਮੈਚ ਹੈ, ਚੋਟੀ ਦੀਆਂ ਟੀਮਾਂ ਨੇ ਟੱਕਰ ਸਿਰੇ ਦੀ ਹੈ ਵੀ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ, ਆਹ ਸ਼ੇਰ ਨੀ ਕਰ ਸਕਦੀ ਸ਼ੇਰ ਪੈਦਾ, ਜਿਹੜੀ ਜ਼ਮੀਨ ਚ ਮਿੱਤਰੋਂ ਸਿੱਲ ਹੋਵੇ ਫਸਲ ਹੁੰਦੀ ਉੱਥੇ ਢੇਰ ਪੈਦਾ, ਚੰਨ ਪੁੰਨਿਆਂ ਦਾ ਬੁਰੀ ਦਿਨ ਚਾੜੇ ਆਹ ਮੱਸਿਆ ਕਰਦੀ ਸਦਾ ਹਨੇਰ ਪੈਦਾ, ਆਹ ਜਿਹੜੇ ਮਾਪਿਆਂ ਨੇ ਕੀਤੀ ਹੁੰਦੀ ਤਪੱਸਿਆ ਉਹਨਾਂ ਦੇ ਘਰ ਹੁੰਦਾ ਪੁੱਤ ਪਲੇਅਰ ਪੈਦਾ, ਉਹਨਾਂ ਦੇ ਘਰ ਹੁੰਦਾ ਪੁੱਤ ਪਲੇਅਰ ਪੈਦਾ। ਲਵਦੀਪ ਸਿੰਘ ਲੱਭਾ ਤੇ ਗਲਤੀ ਵੱਡੀ ਕਰ ਬੈਠਾ ਹੈ, ਨੰਬਰ ਮੇਰੇ ਹਿਸਾਬ ਨਾਲ ਸੱਤਵੇਂ ਤੋਂ ਅੱਠਵਾਂ ਜੁੜ ਗਏ ਦਲੇ ਪਾਸੇ। ਆਹ ਸਾਹਮਣੇ ਟੱਕਰ ਵਾਕਿਆ ਚੋਟੀ ਦੀ ਆ, 15-17 ਦੇ ਜਾ ਕੇ ਕਿਤੇ ਗੱਲ ਮੁੱਕਣੀ ਤੇ ਕਿਸੇ ਗੱਲ ਤੇ ਮੁੱਕਣੀ ਆ। ਆਹ ਸਾਹਮਣੇ ਸਿਰੇ ਦੀ ਟੱਕਰ, ਸਿਰੇ ਦੀ ਟੀਮਾਂ ਦੇ ਵਿਚਕਾਰ ਵੀ ਸ਼ੂਟਰਾਂ ਡਿਫੈਂਸਰਾਂ ਨੂੰ ਖਹਿ ਲੈਣ ਦੇ, ਆਹ ਪੈਂਦੇ ਪਟਾਕੇ ਅੱਜ ਪੈ ਲੈਣ ਦੇ, ਆਹ ਪੈਂਦੇ ਪਟਾਕੇ ਅੱਜ ਪੈ ਲੈਣ ਦੇ, ਆਹ ਖੁਸ਼ੀ ਕਿਹੜੇ ਪੁਲਸੀਆਂ, ਔਰ ਹਰਮਨ ਦੀ ਕਿਹੜੇ ਚਰਚਾ ਹੁੰਦੀ ਹਰਮਨ ਪੁਲਸੀਆਂ ਅੱਜ। ਆਹ ਸਾਹਮਣੇ ਇੱਕ ਸੈਡ ਆਹ ਮੁੰਡੇ ਨੇ ਸਾਂਭੀ ਹੋਈ ਹੈ, ਬਾਰੂ ਵਾਲੀ ਨੇ ਕਮਾਲ ਕੀਤੀ ਹੈ, ਗਲਤੀਆਂ ਕੀਤੀਆਂ ਬਹੁਤ, ਪਰ ਕਹਿ ਦੀ ਵੀ ਗਲਤੀਆਂ ਦੀ ਭਰਪਾਈ ਵੀ ਬਹੁਤ ਜਿਹੜੀ ਕੀਤੀਆਂ ਹੈ ਤੇ ਆਪਣੀ ਟੀਮ ਨੂੰ ਲੀਡ ਕਰ ਰਿਹਾ ਮੁੰਡਾ। ਆਹ ਸਾਹਮਣੇ ਜ਼ੋਰ ਥੋੜਾ ਹੋਰ ਲੱਗਣਾ ਹੈ, ਫਿਰ ਜਦੋਂ ਗੱਲਬਾਤ ਬਣ ਜਾਣੀਆਂ ਹੈ ਵੀ ਦਿਨੋਂ ਵੀ ਭੁੱਲੀਏ ਨਾ ਜਦੋਂ ਸਾਈਕਲ ਸੀ ਥੱਲੇ, ਆਹ ਹੋਇਆ ਕੀ ਰੇ ਬਾਬੇ ਨੇ ਕਰਾਤੀ ਬੱਲੇ ਬੱਲੇ, ਔਰ ਅੱਗੇ ਹੋਈਏ ਆਪ ਤੇ ਭੁੱਖਾਂ ਲੱਗੇ ਹਰ ਕੋਈ, ਐਡੇ ਹੱਥੋਂ ਸਮਾਨੇ ਆਹ ਲੱਗਣੇ ਨੀ ਚਾਹੀਦੇ, ਦੋ ਚੀਜ਼ਾਂ ਬੰਦੇ ਨੂੰ ਮਾਰਨੇ ਦਿੰਦੀਆਂ, ਪੈਰ ਤੇ ਅਸੂਲ ਕਰੇ ਛੱਡਣੇ ਨੀ ਚਾਹੀਦੇ, ਪੈਰ ਤੇ ਅਸੂਲ ਕਦੇ ਛੱਡਣੇ ਨੀ ਚਾਹੀਦੇ। ਜਿਹੜਾ ਜਿੱਤ ਗਿਆ ਫਾਈਨਲ ਦੀ ਟਿਕਟ ਕਹਿੰਦੇ ਪੱਕੀ ਹੋ ਜਾਣੀ ਹੈ, ਫਿਰ ਸਿਆਣੇ ਦੇ ਕਹਿਣ ਵਾਂਗੂ ਮੁੰਡਾ ਨੀ ਦੇ ਕੁੜੀ ਪੱਕੀ ਹੋ ਜਾਣੀ ਹੈ, ਫਿਰ ਤੇ ਆਪਾਂ ਕਹਿ ਰਹੀ ਵੀ ਪਹਿਲਾਂ ਨੀ ਦੇ ਦੂਜਾ ਪ੍ਰਾਈਜ਼ ਤੇ ਫਿਰ ਪੱਕਾ ਹੋ ਹੀ ਜਾਣਾ ਹੈ, ਗੱਲਾਂ ਪੱਕੀਆਂ ਨੇ। ਆਹ ਸਾਹਮਣੇ ਖੇਡਦੇ ਮੈਦਾਨ ਦੇ ਅੰਦਰ ਟੱਕਰ ਬੜੀ ਚੂਟੀ ਗਈ ਹੈ ਵੀ ਖੇਡਦੇ ਮੈਦਾਨ ਵਿੱਚ ਖਿੱਚਦੀ ਲਕੀਰ, ਅੱਜ ਪਤਾ ਲੱਗਣਾ ਕਿਹਦਾ ਤਕੜਾ ਸਰੀਰ, ਆਹ ਸ਼ੋਕੀ ਕਹੇ ਲੱਭੇ ਨੂੰ ਮਾਰਦੇ ਪਾਲਾਂ, ਆਹ ਜਿੱਤਣ ਨੀ ਦੇਣੇ ਹੋਰ ਮਿੱਤਰੋ, ਆਹ ਸਾਹਮਣੇ ਪਏ ਕੱਪ ਕੀਨੇ ਚੁੰਮੜੇ ਲਾ ਕੇ ਡੌਲਿਆ ਪੱਟਾ ਗੁੱਟਾਂ ਦਾ ਜ਼ੋਰ ਮਿੱਤਰੋ, ਆਹ ਸਾਹਮਣੇ ਪਏ ਕੱਪ ਚ ਕੀਨੇ ਚੁੰਮੜੇ ਲਾ ਕੇ ਡੌਲਿਆ ਪੱਟਾ ਗੁੱਟਾਂ ਦਾ ਜ਼ੋਰ ਮਿੱਤਰੋ, ਬਾਲ ਜਿਹੜੀ ਇੰਨਾ ਔਰ ਸਾਹਮਣੇ ਸਾਥ ਕਿਹਦੇ ਕਿਸਮਤ ਬਾਣ ਖੇੜੇ ਵਾਲੇ ਮੁੰਡਿਆਂ ਦਾ ਦੇ ਰਹੀ ਹੈ, ਔਰ ਸਾਹਮਣੇ ਲੀਡ ਦੇ ਵਿੱਚ ਹੈ, ਆਹ ਮੁੰਡੇ ਲੀਡ ਦੇ ਵਿੱਚ ਹੈ ਤੇ ਕਮਾਲ ਕਿਹਦੇ ਕਰੀ ਆਉਂਦੇ ਆ, ਔਰ ਪਾਣੀ ਦੇ ਨੇੜੇ ਹੋਏ ਹੁਣ। ਨਾਲ ਹੀ ਉੱਧਰ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਵੀ ਪਹੁੰਚ ਗਏ ਆ, ਸ੍ਰੀ ਲਕਸ਼ਮਣ ਦਾਸ ਜੀ ਸਰਪੰਚ ਸਾਹਿਬ, ਔਰ ਵਾਡੇ ਧੰਨਵਾਦ ਹੈ ਰਾਤੀ ਵੀ ਵੱਡੀ ਹਾਜ਼ਰੀ ਜਿਹੜੀ ਇਸ ਖੇਡ ਵੇਲੇ ਦੇ ਉੱਪਰ ਰਹੀ ਹੈ। ਹੁਣ ਤੋਂ ਫੇਰ ਕਿਹੜੇ ਗਰਾਊਂਡਾਂ ਦੇ ਵੱਲ ਆਏ ਹੈ ਤੇ ਗੱਲ ਦੇਖਾਂਗੇ ਹੁਣ ਇਹਦੇ ਪਾਸੇ ਕਿੱਦਾਂ ਦੀ ਬਣਦੀ। ਲੈ ਵੀ ਕਿੰਨੇ ਹੋ ਗਏ ਬਾਈ ਜੀ, ਦਸ ਸੱਤ ਹੀ ਹੈ, ਅੱਠ ਨਵੀ ਨਵੀ ਦਰੀਆਪੁਰ ਵਾਲਾ ਬੋਲਦੀ, ਦਰੀਆਪੁਰ ਤੇ ਦੜਵੀ ਵਾਲਾ ਟੂਰਨਾਮੈਂਟ ਬੋਲਦੀ।
ਦਸ ਤੇ ਅੱਠ ਹੈ ਜੀ ਇੱਧਰ ਉੱਧਰ ਦੜਬੀ ਵਾਲੇ ਵੀਰ ਸਾਡੇ ਕਹਿੰਦੇ ਵੀ ਅੱਜ ਦੜਬੀ ਪਿੰਡ ਦੇ ਵਿੱਚ ਰੌਣਕਾਂ ਵੱਡੀਆਂ ਲੱਗਣੀਆਂ 11,000 ਤੇ 7100 ਇਹ ਪ੍ਰਾਈ ਜਿਹੜੇ ਰਹਿਣਗੇ ਅੱਜ ਦੜਬੀ ਦੀ ਧਰਤੀ ਦੇ ਉੱਪਰ ਵੱਡੀਆਂ ਜਿਹੜੀਆਂ ਰੌਣਕਾਂ ਲੱਗਣਗੀਆਂ ਔਰ ਲਾਸਟ ਐਂਟਰੀ ਬਾਈ ਕਹਿੰਦੇ ਵੀ 6 ਵਜੇ ਤੱਕ ਹੋਣੀਆਂ ਜਿਹੜੀਆਂ ਟੀਮਾਂ ਖੇਡਣਾ ਚਾਹੁੰਦੀਆਂ ਨੇ ਖੇਡ ਸਕਦੀਆਂ 6 ਵਜੇ ਤੱਕ ਲਾਸਟ ਐਂਟਰੀ ਹੋ ਗਈ ਜਾਣ ਲਈ ਕੱਲ ਨੂੰ ਇਸੇ ਇਲਾਕੇ ਦਾ ਪਿੰਡ ਹੈ ਗਵਾਂਢੀ ਪਿੰਡ ਹੈ ਦਰਿਆਪੁਰ ਦੇ ਵਿੱਚ ਵੱਡੀ ਰੌਣਕ ਲੱਗੂਗੀ ਔਰ ਸੇਮੀ ਪ੍ਰਾਈਜ਼ ਜਿਹੜੇ ਹੋਣਗੇ ਔਰ ਸਭਨਾਂ ਨੂੰ ਕਿਹੜੇ ਖੁੱਲੇ ਸੱਦੇ ਆਏ ਕੱਲ ਨੂੰ ਇਸੇ ਏਰੀ ਦਾ ਬੜਾ ਸੋਹਣਾ ਕੱਪ ਦਰਿਆਪੁਰ ਪਿੰਡ ਹੈ ਭਰਾਵਾਂ ਦਾ ਔਰ ਕੱਲ ਨੂੰ ਗੱਲਾਂ ਕਿਹੜੇ ਲੱਗਣਗੀਆਂ ਟਿਕਾਣੇ ਬਈ ਸ਼ੁਭਮ ਹੋਣੀ ਸੱਦੇ ਦਿੰਦੇ ਆਏ ਤੇ ਗੱਲਾਂ ਕਿਹੜੇ ਹੋਣੀਆਂ ਹੈ ਆਹ ਸਾਹਮਣੇ ਆ ਮੈਚ ਦੇ ਫੈਸਲੇ ਹੋਣੇ ਕਿਸੇ ਗੱਲ ਤੇ ਸਾਹਮਣੇ 10 ਤੇ 8 ਦੀ ਟੱਕਰ 2 ਨੰਬਰਾਂ ਦਾ ਫਰਕ ਹੈ ਨਵੀ ਜੇ ਪਨਿਹਾਰੀ ਜਿੱਤਦੀ ਹੈ ਤਾਂ ਅਨਮੋਲ ਕੰਬੋਜ ਵੱਲੋਂ ਉਧਰ ਅਨਮੋਲ ਕੰਬੋਜ ਭਰਾ ਸਾਡਾ ਜੁੜੇ ਹੋਏ ਲਾਈਵ ਕਹਿੰਦੇ ਵੀ ਪਨਿਹਾਰੀ ਵਾਲੇ ਮੁੰਡੇ ਅੱਜ ਜਿੱਤਦੇ ਮੈਂ ਫਾਈਨਲ ਜਿੱਤਦੇ ਤੇ ਅੱਜ ਦੇ ਕੱਪ ਦੇ ਉੱਪਰ ਬਾਗੜੀ ਦਾ ਸਨਮਾਨ ਵੱਡੇ ਕੱਪ ਦੇ ਨਾਲ ਕਰ ਦੇਣਾ ਹੈ ਔਰ ਗੱਲਾਂ ਕਿਹਦੇ ਹੋਣਗੀਆਂ ਦੇਖਾਂਗੇ ਸਮੇਂ ਦੀ ਗੱਲਾਂ ਹੋਣੀਆਂ ਕਿਹਨੇ ਜਿੱਤਣਾ ਕਿਹਨੇ ਸਿੱਖਣਾ ਹੈ ਕਿਹੜੇ ਸੈਮੀ ਤੋਂ ਕਿਹੜੇ ਲੂਜ਼ ਕਰਕੇ ਮੁੜ ਜਾਣਾ ਹੈ ਕਿਹਨੇ ਫਾਈਨਲ ਦੇ ਵਿੱਚ ਗੱਲਾਂ ਲਾਉਣੀਆਂ ਟਿਕਾਣੇ ਇੱਥੇ ਰੱਖ ਆਹ ਕਮਾਲ ਕਿਹੜੇ ਕਰ ਦਿੱਤੀਆਂ ਬਾਲ ਬੜੀ ਚੋਟੀ ਦੀ ਲੱਗੀ 8 ਤੇ 10 ਦੀ ਟੱਕਰ ਆਹ ਮੇਰੇ ਮਿੱਤਰੋ ਖੇਡੀ ਜਾ ਰਹੀ ਹੈ 8 ਤੇ 10 ਆਹ ਮੈਚ ਗਿਆ ਫਸ ਗਿਆ ਮੈਚ ਦੇ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਵੀ ਟੀਮਾਂ ਦੋਨੋਂ ਚੰਗੀਆਂ ਕੋਈ ਮਾਰੂ ਸ਼ਾਟਾਂ ਕੋਈ ਕਰੂਗਾ ਡਿਫੈਂਸ ਡਿੱਗ ਡਿੱਗ ਕੇ ਹੋਇਆ ਜਿਹਨੇ ਅਡਾਉਣਿਆ ਪੱਟਾਂ ਗੁੱਟਾਂ ਵਿੱਚ ਜ਼ੋਰ ਮਿੱਤਰੋ ਉਹਨੇ ਅੱਜ ਜਾਣਾ ਜਿੱਤ ਕੇ ਵਾਕੇ ਉਹਨੇ ਜਿੱਤ ਕੇ ਜਾਣਾ ਹੈ ਰਿਕਾਰਡ ਵੱਖਰੇ ਬੰਨੇ ਆਏ ਆਹ ਸਾਹਮਣੇ ਪਨਿਹਾਰੀ ਵਾਲਿਆਂ ਖਿੱਚ ਧਿਆਨੀ ਪਿਛਲੇ ਸਾਲ ਆਹੀ ਮੇਲਾ ਲੁੱਟਿਆ ਹੈ ਤੇ ਲੋਕਾਂ ਨੇ ਗੱਲਾਂ ਕੀਤੀਆਂ ਵੱਡੀ ਫੈਨ ਫੋਲਿੰਗ ਆਹ ਨਗਰਾਂ ਦੇ ਵਿੱਚ ਮਿੱਤਰਾਂ ਤੇਰੀ ਔਰ ਸਾਹਮਣੇ ਤਿਆਰੀ ਕਿਹੜੇ ਖਿੱਚਣੀ ਪੈਣੀਆਂ ਹੈ ਉਧਰਲੇ ਪਾਸੇ ਬਾਰੂ ਵਾਲੀਆਂ ਵੀ ਕਿਹੜੇ ਪੱਬਾ ਭਾਰ ਹੋਇਆ ਫਿਰਦਾ ਹੈ ਔਰ ਸਾਹਮਣੇ ਲੱਭੇ ਨੇ ਕਿਹੜੇ ਕਮਾਲ ਲੜੀ ਕੀਤੀ ਸਾਰੇ ਟੂਰਨਾਮੈਂਟ ਦੇ ਵਿੱਚ ਦੁਨੀਆਂ ਦਾ ਕਿਹੜੇ ਵੱਡਾ ਮੱਲ ਬਣ ਗਿਆ ਹੈ ਥੋੜੇ ਸਮੇਂ ਦੇ ਵਿੱਚ ਮਿਹਨਤ ਕਿਹਦੇ ਵੱਡੀ ਕੀਤੀਆਂ ਹੈ ਤੇ ਨਾਮ ਕਿਹਦੇ ਵੱਖਰਾ ਜਿਹਾ ਬਣਾ ਲਿਆ ਮੁੰਡੇ ਨੇ ਲਾਓ ਸਾਹਮਣੇ ਚਰਚੇ ਵੱਡੇ ਆਏ ਵੀ ਐਵੇਂ ਤਾਂ ਨੀ ਚਰਚੇ ਹੁੰਦੇ ਆਹ ਚਰਚਿਆਂ ਲਈ ਕੁਝ ਵੱਡਾ ਕਰਨਾ ਪੈਂਦਾ ਹੈ ਲਿਆਉਣਾ ਜੇ ਚੰਗਾ ਸਮਾਂ ਫਿਰ ਮਾੜੇ ਸਮੇਂ ਨਾਲ ਲੜਨਾ ਪੈਂਦਾ ਹੈ ਆਹ ਪੁੱਤ ਨੂੰ ਜੇ ਸ਼ੇਰ ਬਣਾਉਣਾ ਫਿਰ ਆਪਣੀ ਅੱਧੀ ਕਮਾਈ ਖੋੜੀ ਪੈਂਦੀ ਹੈ ਤੇ ਸੌਖਾ ਬਾਨਾ ਨੀ ਸਟਾਰ ਚੋਟੀ ਦੇ ਖਿਡਾਰੀ ਦੀ ਪਿੱਠ ਲਵਾਉਣੀ ਪੈਂਦੀ ਹੈ ਆਹ ਸੌਖਾ ਬਾਨਾ ਨੀ ਸਟਾਰ ਚੋਟੀ ਦੇ ਖਿਡਾਰੀਆਂ ਦੀ ਕਿਤੇ ਪਿੱਠ ਲਵਾਉਣੀ ਪੈਂਦੀਆਂ ਹੈ ਤੇ ਫਿਰ ਜਾ ਕੇ ਕਿਤੇ ਆਹ ਗੱਲਾਂ ਕਿਤੇ ਸਟਾਰਾਂ ਦੇ ਵਿੱਚ ਹੁੰਦੀਆਂ ਸਟਾਰਾਂ ਦੇ ਵਿੱਚ ਨਾਮ ਹੁੰਦੇ ਫਿਰ
ਲੋਕ ਫਿਰ ਜਾ ਕੇ ਸਰਨਾਮੇ ਜਿਹੜੇ ਪੁੱਛਦੇ ਆ ਆਹ ਗੱਲਾਂ ਜਿਹੜੀਆਂ ਪਾਕੀਆਂ ਨੇ ਸਾਹਮਣੇ ਪਰ ਜ਼ੋਰ ਤੇ ਕਿਹੜੇ ਲੱਗਿਆ ਹੋਇਆ ਇੱਥੇ ਰੱਖ ਜ਼ੋਰ ਲੱਗਿਆ ਹੋਇਆ ਤੇ ਜ਼ੋਰ ਹੁੰਦਾ ਵੀ ਬਸ਼ਰਮਾ ਹੈ ਆਪਣੀ ਕਹਾਣੀ ਆਪ ਰਚਦਾ ਹੈ ਜ਼ੋਰ ਹੁੰਦਾ ਵੀ ਬਸ਼ਰਮਾ ਹੈ ਲੈ ਵੀ 10-8 ਹੀ ਹੈ ਬਈ ਜਾਂ 11 ਹੋ ਗਏ ਆਪੋ ਆਪਣੀਆਂ ਰਣਨੀਤੀਆਂ ਆਪੋ ਆਪਣੀਆਂ ਸਟ੍ਰੈਟਜੀਆਂ ਬਣਾਈਆਂ ਦੋਨੇ ਟੀਮਾਂ ਨੇ ਹੁਣ ਦੇਖਾਂਗੇ ਕਿਹਦੀ ਸਟ੍ਰੈਟਜੀ ਕੰਮ ਆਉਂਦੀ ਹੈ ਅਮਲ ਦੇ ਵਿੱਚ ਆਓ ਸਾਹਮਣੇ ਸਰਵਿਸ ਕਿਹੜੇ ਫੇਰ ਹੋ ਗਈ ਅਗਲੇ ਪਾਸੇ ਲਵਰੀਪ ਕਿਹੜੇ ਲੱਭਾ ਇਧਰਲੇ ਪਾਸੇ ਅਮਨ ਭਾਜੀ ਟਰਾਈ ਕਿਹੜੇ ਵੱਡੀ ਹੋਈ ਹੈ ਵੀ ਫਰੀਦਾ ਖਾਕ ਨਾ ਦਿੰਦੀਏ ਥਾਕੋ ਨੇੜ ਨਾ ਕੋਏ ਜਿਉਂਦਾ ਜੀ ਪੈਰਾਂ ਥੱਲੇ ਤੇ ਮੋਹਿਆਂ ਉੱਪਰ ਹੋਏ ਆਹ ਮਿੱਟੀ ਨਾ ਫਰੋਲ ਜੋਗੀ ਆ ਨਹੀਂ ਉਹ ਲੱਭਣੇ ਲਾਲ ਗਵਾਚੇ ਅੱਠ ਤੇ ਦਸ ਆਹ ਸਾਹਮਣੇ 8-10 ਨਾ ਤੇ 11 ਹੁੰਦੇ ਹੈ ਨਾ ਤੇ 9 ਹੁੰਦੇ ਹੈ ਚੱਕੇ ਜਾਮ ਹੋ ਗਏ 8-10 ਲਾਉ ਸਾਹਮਣੇ ਨੰਬਰ ਪਾਲੀ ਹੱਲ ਤੁਹਾਨੂੰ ਹੀ ਕਰਨਾ ਪੈਣਾ ਹੈ ਗੱਲਾਂ ਪੱਕੀਆਂ ਨੇ ਇੱਕ ਗੱਲ ਪੱਕੀ ਹੈ ਜਿਹੜੇ ਪਾਸੇ ਪਹਿਲਾ ਨੰਬਰ ਲੱਗ ਗਿਆ ਨਾ ਫਿਰ ਗੱਲ ਬਣ ਜਾਣੀ ਹੈ ਫਿਰ ਗੱਲਬਾਤ ਬਣ ਜਾਣੀ ਹੈ ਨਵਾਬ ਆਓ ਸਾਹਮਣੇ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਹੈ ਦਾਨ ਖੇੜੇ ਵਾਲਾ ਨਵਾਬ ਤੇ ਬੱਲੇ ਬੱਲੇ ਕਿਹੜੇ ਕਰਾ ਗਿਆ ਹੈ ਆਓ ਸਾਹਮਣੇ ਮਹਿਲ ਖੁਰਦਾਣੇ ਨੂੰ ਕਹਿੰਦੇ ਉਸਤਾਦ ਬਣਦਾ ਹੈ ਔਰ ਸਾਹਮਣੇ ਨੈੱਟ ਦਾ ਕਿਹੜੇ ਸ਼ਕੀਨ ਹੈ ਦਾਨ ਖੇੜੇ ਦੀ ਟੀਮ ਦੇ ਲਈ ਵੱਖੋ ਵੱਖ ਮੁੰਡੇ ਕਿਹੜੇ ਨੈੱਟ ਦੇ ਉੱਪਰ ਖੇਡੇ ਆ ਤੇ ਸਾਰਿਆਂ ਨੇ ਕਿਹੜੇ ਬੱਲੇ ਬੱਲੇ ਕਰਾਈ ਆ ਫੌਜੀ ਛੁੱਟੀ ਆਇਆ ਹੈ ਆਹ ਨਵਾਬ ਦੇ ਕਿਹੜੇ ਫਿੱਟ ਹੈ ਨੈੱਟ ਤੇ ਹੁਣ ਨਵੀਂ ਕਿਹੜੇ ਕਨੇਡਾ ਦੇ ਵਿੱਚ ਆ ਵਸਿਆ ਹੈ ਤੇ ਗੱਲਾਂ ਹੋਈਆਂ ਮੁੰਡਿਆਂ ਦੀਆਂ ਆਹ ਸਾਹਮਣੇ ਟੱਕਰ ਬੜੀ ਆਹ ਸਿਰੇ ਦੀ ਖੇਡੀ ਜਾ ਰਹੀ ਹੈ ਸਾਹਮਣੇ ਵਿੱਕੀ ਦੀ ਉਹ ਪੁੱਛਦਾ ਵੀ ਜਿਹੜਾ ਮੋਟਰਸਾਈਕਲ ਸਨਮਾਨ ਦੇ ਵਿੱਚ ਮਿਲਿਆ ਹੈ ਵੀ ਐਵਰੇਜ ਕਿੰਨੀ ਕੁ ਦਿੰਦਾ ਹੁਣ ਉਹ ਪੁੱਛੀ ਆਉਂਦਾ ਹੈ ਵੀ ਐਵਰੇਜ ਕਿੰਨੀ ਕੁ ਰਹਿ ਗਈ ਮੋਟਰਸਾਈਕਲ ਦੀ ਇਹ ਵਿੱਕੀ ਜਿਹਨੇ ਗਲਤੀ ਕਿਹੜੇ ਵੱਡੀ ਕੀਤੀ ਹੈ ਸੰਗਰ ਸਾਰਾ ਦੇ ਮੇਲੇ ਦੇ ਉੱਪਰ ਵੱਡੇ ਸਨਮਾਨ ਹੋਏ ਮੁੰਡੇ ਦੇ ਇੱਕ ਮੋਟਰਸਾਈਕਲ ਦੇ ਨਾਲ ਆਹ ਪੀਸੀ ਹੈ 1,00,000 ਰੁਪਇਆ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨੇ ਕਿਹੜੇ ਨਾਮ ਦੇ ਵਿੱਚ ਦਿੱਤਾ ਹੈ ਤੇ ਗੱਲਾਂ ਹੋਈਆਂ ਆਹ ਰਾਜਪਾਲ ਬਾਗੜੀ ਇਹਨੂੰ ਵੀ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਡੀ ਖੇਡ ਕਲੱਬ ਹੈ ਵਾਲੀਬਾਲ ਦੀ ਔਰ ਸਾਹਮਣੇ ਉਹਨਾਂ ਭਰਾਵਾਂ ਨੇ ਕਹਿ ਰਹੀ ਵੀ ਗੱਡੀ ਦੇ ਨਾਲ ਸਨਮਾਨ ਕੀਤੇ ਆ ਇੱਕ ਮੋਟਰਸਾਈਕਲ ਪੀਸੀ ਨੇ ਦਿੱਤਿਆ ਹੈ ਔਰ ਸਾਹਮਣੇ ਇੱਕ ਕਿਹੜੇ ਗੱਡੀ ਸਨਮਾਨ ਦੇ ਵਿੱਚ ਮਿਲੀ ਹੈ ਔਰ ਸਾਹਮਣੇ ਇਧਰਲੇ ਪਾਸੇ ਸੋਚਾਂ ਦੇ ਵਿੱਚ ਵੀ ਕਰੀਏ ਤੇ ਕਰੀਏ ਕੀ ਗੱਲਾਂ ਬਣਾਈਏ ਤੇ ਬਣਾਈਏ ਕਿੱਦਾਂ ਔਰ ਸਾਹਮਣੇ ਨਵੀ ਨਵੀ
ਨਵੀ ਨਵੀ ਕਹਿੰਦਾ ਮਾਨਖੇੜੇ ਵਾਲਾ ਕੈਨੇਡਾ ਵਾਲਾ, ਜੇ ਉਹ ਟੀਮ ਜਿੱਤਦੀ ਹੈ ਤਾਂ $100 ਸਾਰੀ ਟੀਮ ਨੂੰ। ਵਾਰੀ ਬਦਰ ਮਾਨਖੇੜੇ ਵਾਲਾ ਨਵੀ ਵੀ ਕਹਿੰਦੇ ਜੁੜੇ ਹੋਏ ਕੈਨੇਡਾ ਤੋਂ ਲਾਈਵ, ਔਰ ਕਹਿੰਦਾ ਵੀ ਪਿੰਡ ਵਾਲੇ ਮੁੰਡੇ ਜਿੱਤੇ ਮਾਨਖੇੜੇ ਦੀ ਟੀਮ ਜਿੱਤਦੀ ਹੈ ਸਾਰੀ ਟੀਮ ਦੇ ਸਨਮਾਨ $100 ਦੇ ਨਾਲ ਕੀਤੇ ਜਾਣਗੇ। ਕੈਨੇਡੀਅਨ ਕਿਹੜੇ $100 ਪਾਏ ਜਾਣੇ ਆ ਤੇ ਗੱਲਾਂ ਕਿਹੜੇ ਫੇਰ ਬਣਨੀਆਂ, ਘੱਟੋ ਘੱਟ 5-6 ਹਜ਼ਾਰ ਮੇਰੇ ਹਿਸਾਬ ਨਾਲ ਬਣ ਜਾਣਾ ਹੈ ਤੇ ਗੱਲਾਂ ਲੱਗਣਗੀਆਂ ਟਿਕਾਣੇ। ਬਾਈ ਦੱਸਦਾ ਵੀ 8,000 ਦੇ ਨੇੜੇ ਤੇੜੇ ਗੱਲ ਪਹੁੰਚਣੀ ਹੈ, ਪਰ ਇਧਰਲੇ ਪਾਸੇ ਪਰਿਹਾਰੀਆਂ ਵਾਲਿਆਂ ਖਿੱਚ ਤਿਆਰੀ, ਤਬਦੀਲੀਆਂ ਇਧਰਲੇ ਪਾਸੇ ਕੀਤੀਆਂ ਹੈ। ਹੁਣ ਗੱਲਬਾਤ ਹਾਏ ਓ ਰੱਬਾ ਜੱਟਾਂ ਸ਼ਰਿਆਮ ਤੂੰ ਤੇ ਧੱਕਾ ਕਰਦਾ ਹੈ, ਸਾਡਾ ਚੱਲਦਾ ਧੱਕਾ ਸੀ ਤਾਂ ਕਰਦੇ, ਆਹ ਸਾਡਾ ਚੱਲਦਾ ਧੱਕਾ ਸੀ ਤਾਂ ਕਰਦੇ, ਆਹ ਕਰ ਗਿਆ ਕਮਾਲ। ਆਹ ਸਾਹਮਣੇ ਮਾਨਖੇੜੇ ਵਾਲਾ ਕਿਹੜੇ ਨਵੀਂ ਲਾਈਵ ਰੁੜਿਆ ਹੋਇਆ ਹੈ, ਵੱਡੇ ਮਾਨਖੇੜੇ ਭੇਜਣੇ ਆ ਮੁੰਡਿਆਂ ਦੇ ਲਈ, ਨੰਬਰ ਮੇਰੇ ਹਿਸਾਬ ਨਾਲ 13 ਹੋ ਗਏ ਜਾਂ 14 ਬਈ, 14-8 ਦੀ ਟੱਕਰ ਹੈ। ਲੈ ਵੀ ਪੀਸੀ ਹੋਇਆ ਜਾਂਦਾ ਫਿੱਟ ਦੇ ਹੋ ਜਾ, ਨਹੀਂ ਤੇ ਹੁਣ ਗੱਲਬਾਤ ਔਖੀ ਬਣਦੀ ਦਿਸਦੀ ਮੈਨੂੰ, ਔਰ ਲੋਕਾਂ ਨੇ ਗੱਲਾਂ ਕਰਨੀਆਂ ਹੈ ਵੀ ਲੋਟ ਨੀ ਆਏ ਮਾਨਖੇੜੇ ਵਾਲੇ, ਔਰ ਲੋਕਾਂ ਨੇ ਕਹਿੰਦੇ ਗੱਲਾਂ ਕਰਨੀਆਂ ਹੈ, ਹਾਲੇ ਸਮਾਂ ਹੈ ਔਰ ਸਮਾਂ ਸਾਂਭਿਆ ਜਾਂਦਾ ਤੇ ਸਾਂਭਲਾ ਹੈ। ਨਵੀ ਅਨਮੋਲ ਦੀ ਕਰੀ ਅਨਾਊਂਸਮੈਂਟ ਦੇਖ ਕੇ, ਰਾਮ ਰਾਮ ਅਨਿਲ ਭਾਈ ਕੀ ਹਾਲ ਚਾਲ ਹੈ, ਅਨਮੋਲ ਦਾ ਕਮੈਂਟ ਆਇਆ ਹੋਣਾ, ਬਾਗੜੀ ਦੇ ਅਮਨ ਦਾ ਸਨਮਾਨ ਹੈ ਜੀ ਜਿੱਤ ਗਏ ਕੱਪ ਨਾਲ। ਹੈਲੋ ਵਾਰੀ ਵਾਜ ਤੋਂ ਅਰਮੋਰ ਕੰਬੋਰ ਵੀਰ ਸਾਡਾ ਬਾਗੜੀ ਦੇ ਕਿਹੜੇ ਅਮਨ ਦੇ ਲਈ ਵੱਡੇ ਮਾਨ ਸਨਮਾਨ ਹੋਣਗੇ ਜੇ ਮੁੰਡੇ ਇੱਥੋਂ ਵੀ ਜਿੱਤੇ ਦੇ, ਔਰ ਅੱਜ ਦੇ ਕੱਪੜੇ ਕਿਹੜੇ ਮਾਨ ਸਨਮਾਨ ਵੱਡੇ ਕੱਪਾਂ ਦੇ ਨਾਲ ਕਰ ਦੇਣੇ ਆ। ਲੈ ਵੀ ਪਰਿਹਾਰੀਆਂ ਵਾਲਿਆ ਖਿੱਚ ਤਿਆਰੀ, ਸਮਾਂ ਬੀਤਦਾ ਜਾਂਦਾ ਕੰਮ ਔਖਾ ਹੁੰਦਾ ਲੱਗਦਾ ਹੁਣ ਮੈਨੂੰ, ਔਰ ਖਿੱਚ ਤਿਆਰੀ ਇੱਥੇ ਰੱਖ। ਹਾਏ ਓ ਰੱਬਾ ਜਦੋਂ ਕਿਸਮਤ ਸਾਥ ਦਿੰਦੀ ਹੈ ਤੇ ਫਿਰ ਏਦਾਂ ਹੀ ਗੱਲਾਂ ਬਣਦੀਆਂ ਹੈ। ਨੰਬਰ ਲਾਸਟ ਆ ਗਿਆ ਹੈ, ਉਧਰਲੇ ਪਾਸੇ ਜੇ ਚੇਂਜ ਕਰਾਂਗੇ ਤੇ ਫਿਰ ਕਸੂਤਾ ਪੈ ਜਾਣਾ ਹੈ, ਜੇ ਕਿਤੇ ਚੇਂਜ ਹੋਊਗੀ ਲੋਕੀ ਕਹਿੰਦੇ ਵੀ ਫਿਰ ਨਿਆਰਾ ਆਊਗਾ। ਆਹ ਸਾਹਮਣੇ ਜੇ ਕਿਹੜੇ ਕਿਤੇ ਚੇਂਜ ਹੋ ਗਈ ਕਰਾਂ ਤੇ ਫੇਰ ਕਿਤੇ ਗੱਲਬਾਤ ਬਣ ਜਾਣੀਆਂ ਹੈ, ਆਹ ਸਾਹਮਣੇ ਹੁੰਦੀ ਚੇਂਜ ਜਾਂ ਨਹੀਂ ਗੱਲਬਾਤ ਤੇ ਕਿਹੜੇ ਸਮੇਂ ਦੀ। ਲੈ ਵੀ ਫੌਜੀਆਂ ਲਾ ਜ਼ੋਰ ਤੇ ਗੱਲ ਲਾ ਦੇ ਟਿਕਾਣੇ, ਗੱਲ ਸਾਰੀ ਇੱਕ ਚੇਂਜ ਤੇ ਖੜੀ ਹੈ, ਜੇ ਚੇਂਜ ਹੋ ਗਈ ਤੇ ਗੱਲਾਂ ਬਾਤਾਂ ਆਹ ਕਿਹੜੇ ਬਣ ਜਾਣੀਆਂ ਹੈ। ਆਹ ਸਾਹਮਣੇ ਇੱਥੇ ਰੱਖ, ਆਹ ਕਮਾਲ ਹੋ ਗਈ ਸਰਵਿਸ ਚੇਂਜ ਹੋ ਗਈ ਹੈ, ਪੀਸੀ ਤਿਆਰ ਵਰ ਤਿਆਰ ਹੈ, ਸੀਡੀ 100 ਜਿੱਤਿਆ ਹੈ, ਜੀਰੀ ਕਿਹੜੇ ਕੰਪਨੀ ਕਹਿੰਦੀ ਹੈ ਵੀ ਐਵਰੇਜ 100 ਤੋਂ ਪਾਰ ਹੈ, ਪਰ ਪੀਸੀ ਜਾਣਦਾ ਵੀ ਕੰਪਨੀ ਸੱਚ ਕਹਿੰਦੀ ਹੈ ਜਾਂ ਝੂਠ ਕਹਿੰਦੀ ਹੈ। ਮਾਨਖੇੜੇ ਵਾਲਿਆ ਜੋਧਪੁਰੀ ਇੱਕ ਦੂਜੇ ਵੱਲ ਨੂੰ ਦੇਖਣ ਨੂੰ ਜੀ ਨਹੀਂ ਕਰਨਾ, ਜੇ ਇੱਥੋਂ ਨਿੱਕੀ ਹੋ ਗਈ ਸਾਰੇ ਰਾਹ ਜੀ ਨਹੀਂ ਕਰਨਾ ਇੱਕ ਦੂਜੇ ਵੱਲ ਦੇਖਣ ਨੂੰ। ਆਹ ਫੜ ਤਿਆਰੀ,
ਵਾਹ ਜੀ ਵਾਹ, ਅੱਠਵੇਂ ਰੋਕੇ ਦੇ ਨੌਵਾਂ ਜੜਿਆ ਤੇ ਹੁਣ ਹੌਸਲੇ ਬੁਲੰਦ ਹੈ ਆ ਸਾਹਮਣੇ, ਹੁਣ ਹੌਸਲੇ ਬੁਲੰਦ ਹੈ, ਹੁਣ ਗੱਲਾਂ ਕਿਹੜੇ ਲਾਉਣੀਆਂ ਪੈਣੀਆਂ ਟਿਕਾਣੇ ਲੈ ਵੀ ਪਾਗੜੀ ਖਿੱਚ ਤਿਆਰੀ ਆ ਸਵਾਰ ਮੇਰੇ ਮਿੱਤਰੋ ਅਮਨ ਪਾਦੀ ਆ ਸਾਹਮਣੇ ਕਰ ਗਏ ਕਮਾਲ, ਨੌਵੇਂ ਰੋਕੇ ਦੇ ਦਸਵਾਂ ਆਓ ਜੁੜ ਗਿਆ ਮੇਰੇ ਮਿੱਤਰੋ, ਦਸ ਤੇ ਸੋਲਾਂ ਦੀ ਟੱਕਰ ਹੈ ਬਈ, ਦਸ ਤੇ ਸੋਲਾਂ, ਦਸ ਤੇ ਲਾਸਟ, ਦਸ ਤੇ ਲਾਸਟ, ਦਸ ਤੇ ਲਾਸਟ, ਨੱਚਣਾ ਤੇ ਹੁਣ ਨੱਚ ਲੈ ਆਓ ਘਰੇ ਜਾ ਕੇ ਨਾ ਚੁੱਲ੍ਹੇ ਚ ਲੱਤ ਮਾਰੀ, ਲੈ ਵੀ ਮਾਣ ਖੇੜੇ ਵਾਲਿਆ ਹੁਣ ਮੌਕਾ ਹੈ, ਆਰ ਜੇ ਚੇਨ ਕਰਾ ਕੇ ਫਿਰ ਗੱਲਾਂ ਆਓ ਬਣ ਸਕਦੀਆਂ ਹੈ, ਦਸ ਤੇ ਕਿਹੜੇ ਸੋਲਾਂ ਦੀ ਟੱਕਰ ਹੈ, ਆਓ ਠੰਡੇ ਠਾਰ ਪਾਣੀ ਦੀ ਘੁੱਟਾਂ ਕਿਹੜੇ ਭਰੀਏ ਉਧਲੇ ਪਾਸੇ, ਵੀ ਜ਼ਿਆਦਾ ਤੂੰ ਪਿਆਦੇ ਪਾਣੀ ਜੂਠਾ ਮੇਰੇ ਯਾਰ ਦਾ, ਜਿਹਨੂੰ ਪੀ ਕੇ ਹੋ ਜਾ ਠੰਡੀ ਸੀੜ ਨੀ, ਸਖੀਏ ਸਹੇਲੀਏ ਨੀ ਗੁਰਾਂ ਦੀ ਚੇਲੀਏ, ਜਾ ਘੋਲ ਕੇ ਪਿਆ ਦੇ ਕੋਈ ਤਵੀਤ ਨੀ, ਆਓ ਜਾ ਘੋਲ ਕੇ ਪਿਆ ਦੇ ਕੋਈ ਤਵੀਤ ਨੀ, ਨੰਬਰ ਨੰਬਰ 11ਵੇਂ ਦੀ ਭਾਲ, ਉਧਰ ਲਾਸਟ ਬੜਾ ਔਖਾ ਹੋ ਗਿਆ ਹੈ, ਮਸਲਾ ਕਿਹਦੇ ਹਿੰਡ ਦਾ ਬਣ ਗਿਆ ਹੈ, ਆਓ ਗੱਲਬਾਤ ਸਾਰੀ ਆਓ ਕਿਹਦੇ ਆਕੜਾਂ ਦੇ ਆਣ ਖੜ ਗਈ ਹੈ, ਵੀ ਮੱਝ ਰਿੰਗਦੀ ਹੁੰਦੀ ਹੈ ਕਾਂ ਰੰਭਦੀ ਹੁੰਦੀ ਹੈ, ਘੋੜੀ ਥੱਕਦੀ ਨੀ ਹੁੰਦੀ ਘੋੜੀ ਹੰਭਦੀ ਹੁੰਦੀ ਹੈ, ਬਲਦ ਤੋਰਦੇ ਨੀ ਹੁੰਦੇ ਬਲਦ ਹੱਕਦੇ ਹੁੰਦੇ ਆ, ਕੁੱਤੇ ਪੀਂਦੇ ਨੀ ਹੁੰਦੇ ਕੁੱਤੇ ਲੱਕਦੇ ਹੁੰਦੇ ਆ, ਖੀਰ ਖਾਧੀ ਵੀ ਜਾਂਦੀ ਹੈ ਖੀਰ ਪੀਤੀ ਵੀ ਜਾਂਦੀ ਤੇ ਖੀਰ ਖਾਈ ਵੀ ਜਾਂਦੀ ਹੈ, ਬਾਤ ਬੋਲੀ ਵੀ ਜਾਂਦੀ ਹੈ ਤੇ ਬਾਤ ਪਾਈ ਵੀ ਜਾਂਦੀ ਹੈ, ਠੰਡ ਲੱਗਦੀ ਹੁੰਦੀ ਹੈ ਕਾਂਬਾ ਛਿੜਦਾ ਹੁੰਦਾ ਹੈ, ਨਲਕਾ ਚੱਲਦਾ ਨੀ ਹੁੰਦਾ ਨਲਕਾ ਤੇ ਗਿਰਦਾ ਹੁੰਦਾ ਹੈ, ਬਾਂਝੇ ਸਵਾਹ ਨਾਲ ਧੋਤੇ ਪਾਣੀ ਨਾਲ ਜਾਂਦੇ ਹੈ, ਰੋਡ ਸ਼ਹਿਰ ਨੂੰ ਜਾਂਦੇ ਪਹੇ ਢਾਣੀ ਨੂੰ ਜਾਂਦੇ ਹੈ, ਬੜਾਸਾ ਮਾਰਿਆ ਜਾਂਦਾ ਹੈ ਪੱਗ ਬੰਨੀ ਜਾਂਦੀ ਹੈ, ਤੇ ਆਕੜ ਟੁੱਟਦੀ ਨੀ ਹੁੰਦੀ ਆਕੜ ਤੇ ਭੰਨੀ ਜਾਂਦੀ ਹੈ, ਆਕੜ ਟੁੱਟਦੀ ਨੀ ਹੁੰਦੀ ਆਕੜ ਤੇ ਭੰਨੀ ਜਾਂਦੀ ਹੈ, ਦਾਣਾ ਹੋਰ ਹੁੰਦਾ ਹੈ ਲੇਟੀ ਹੋਰ ਹੁੰਦੀ ਹੈ, ਸੰਦੂਕ ਹੋਰ ਹੁੰਦਾ ਹੈ ਪੇਟੀ ਹੋਰ ਹੁੰਦੀ ਹੈ, ਬਾਬੇ ਮਰਦੇ ਨੀ ਹੁੰਦੇ ਬਾਬੇ ਪੂਰੇ ਹੁੰਦੇ ਆ, ਤੁਹਾਡੇ ਪੰਜ ਹੁੰਦੇ ਸਾਡੇ ਹੂਰੇ ਹੁੰਦੇ ਆ, ਪਾਣੀ ਜਲ ਵੀ ਹੁੰਦਾ ਨੀਰ ਵੀ ਹੁੰਦਾ ਤੇ ਜਲੂਆ ਵੀ ਹੁੰਦਾ, ਤੁਹਾਡੇ ਸਪਾਈਡਰਮੈਨ ਹੋਊ ਸਾਡੇ ਨਲੂਆ ਹੁੰਦਾ, ਤੁਹਾਡੇ ਸਪਾਈਡਰਮੈਨ ਹੋਊ ਸਾਡੇ ਨਲੂਆ ਹੁੰਦਾ, ਬਾਈ ਰੇੜੇ ਰੇੜੇ ਕਹਿੰਦੇ ਆ ਵੀ ਪਨਿਹਾਰੀ ਵਾਲੇ ਮੁੰਡੇ ਬਾਜੀ ਮਾਰਨਗੇ, ਇੱਕ ਤਾੜੀ ਮਾਰ ਕੇ ਦੱਸੋ ਯਾਰ ਜ਼ੋਰਦਾਰ ਇੱਥੇ ਰੱਖ, ਮੈਨੂੰ ਲੱਗਦਾ ਵੀ ਬਿੱਲਾ ਤੰਦੂਰ ਨਾਲ ਖੇਡੀ ਜਾਂਦਾ ਬਰੂ ਵਾਲੀਆ, ਮੈਨੂੰ ਲੱਗਦਾ ਵੀ ਡਿੱਗੂਗਾ ਤੰਦੂਰ ਚ ਹੁਣ, ਮੈਨੂੰ ਲੱਗਦਾ ਵੀ ਬਿੱਲਾ ਡਿੱਗੂਗਾ ਤੰਦੂਰ ਚ, ਲੈ ਵੀ ਕਿੰਨੇ ਹੋ ਗਏ ਬਈ, ਤੇਰਾਂ ਤੇ ਸੋਲਾਂ, ਤੇਰਾਂ ਤੇ ਸੋਲਾਂ, ਤੇਰਾਂ ਤੇ ਸੋਲਾਂ, ਫਸ ਗਈ ਜਾਨ ਕੜਿੱਕੀ ਅੰਦਰ ਜੌ ਬੇਲਣ ਵਿੱਚ ਗੰਨਾ, ਸ਼ਾਹ ਮੁਹੰਮਦ ਇੱਥੋਂ ਜਿੱਤੇ ਫੇਰ ਮੈਂ ਤੈਨੂੰ ਮੰਨਾ, ਸ਼ਾਹ ਮੁਹੰਮਦ ਇੱਥੋਂ ਜਿੱਤੇ ਫੇਰ ਮੈਂ ਤੈਨੂੰ ਮੰਨਾ, ਆ ਫਸ ਗਈ ਜਾਨ ਕੜਿੱਕੀ ਅੰਦਰ ਜੌ ਬੇਲਣ ਵਿੱਚ ਗੰਨਾ, ਆ ਸਾਹਮਣੇ ਜਾਨ ਫਸੀ ਹੋਈ ਆ ਇੱਥੇ ਰੱਖ, ਇੱਥੇ ਰੱਖ, ਚੌਦਾਂ ਤੇ ਸੋਲਾਂ,
14 ਤੇ 16 ਹੋ ਗਏ ਸਾਹਮਣੇ ਕਰ ਦਿੱਤੀ ਕਮਾਲ ਉਹਨੇ ਖੁਸ਼ੀ ਉਹ ਸੁੱਟਿਆ ਜਿਵੇਂ ਭੋਗ ਵਾਲੇ ਘਰੋਂ ਜਿਵੇਂ ਪਾਠ ਵਾਲੇ ਘਰੋਂ ਸ਼ਰਾਬੀ ਬਾਹਰ ਸੁੱਟ ਦਿੰਦੇ ਆ ਉਹਨੇ ਖੁਸ਼ੀ ਉਹ ਸੁੱਟਿਆ ਆਹ ਗੱਲਾਂ ਲਾ ਦਿੱਤੀਆਂ ਟਿਕਾਣੇ ਇੱਥੇ ਰੱਖ ਪਾਣੀ ਦੇ ਨੇੜੇ ਕਰ ਦਿੱਤਾ ਹੁਣ ਤੇ ਇਹ ਨਿਆਰੇ ਆਈ ਜਾਂਦੇ ਨਿਆਰੇ ਜਾਈ ਜਾਂਦੇ ਹੁਣ ਤੇ ਨਿਆਰੇ ਆਈ ਜਾਂਦੇ ਆ ਤੇ ਨਿਆਰੇ ਜਾਈ ਜਾਂਦੇ ਆ ਹਾਲੇ ਤੇ ਹੋਰ ਹੋਣਗੇ ਕੌਣ ਜਿੱਤੂ ਇਹ ਤੇ ਰੱਬ ਜਾਣਦਾ ਲਓ 14 ਦੇ 16 ਦੋ ਨੰਬਰਾਂ ਦਾ ਫਰਕ ਆਹ ਸਾਹਮਣੇ ਨੰਬਰ 2 ਦਾ ਫਰਕ ਹੈ ਜੇ ਕਿਤੇ ਬਰਾਬਰੀ ਦੇ ਆ ਗਿਆ ਕੰਮ ਤੇ ਆਪਾਂ ਨੂੰ ਕੀ ਹੀ ਆਪਾਂ ਦੇ ਨਿਆਰੇ ਲੈਣੇ ਕੋਈ ਮਰਜ਼ੀ ਜਿੱਤ ਜੇ ਆਹ ਸਾਹਮਣੇ 4 ਤੇ ਚਫੇਰੇ ਜਨਤਾ ਬੈਠੀ ਹੈ ਆਹ ਨਿਆਰੇ ਭਾਲਦੀ ਨਿਆਰੇ ਆਈ ਜਾਂਦੇ ਨਿਆਰੇ ਜਾਈ ਜਾਂਦੇ ਆ ਆਹ ਸਾਹਮਣੇ ਜ਼ੋਰ ਲੱਗੀ ਜਾਂਦਾ ਹੈ ਆਹ ਸਾਹਮਣੇ ਭਾਂਬੜ ਕਿਤੇ ਮੱਚੀ ਜਾਂਦੇ ਆ ਇੱਧਰ ਆਹ ਸਾਹਮਣੇ ਗੱਲਾਂ ਕਿਹੜੇ ਟਿਕਾਣੇ ਆ ਵੀ ਗਿੰਨੇ ਪੈਂਦੇ ਦੰਦ ਸ਼ੇਰਾਂ ਦੇ ਵਿਰਲੇ ਹੀ ਪਤੇ ਹੁੰਦੇ ਮਰਦ ਦਲੇਰਾਂ ਦੇ ਪਿੱਠ ਨਾ ਦਿਖਾਵੇ ਸਿੱਧਾ ਹਿੱਕ ਜੋ ਵੱਜਦਾ ਹੈ ਉਹ ਪਾਰ ਸੈਵੇਂ ਨੀ ਨਾ ਪਿੱਛੇ ਸਟਾਰ ਲੱਗਦਾ ਹੈ ਉਹ ਪਾਰ ਸੈਵੇਂ ਨੀ ਹਾਏ ਓ ਰੱਬਾ ਬਾਈ ਆਉਂਦਾ ਨਿਆਰਾ ਮੈਦਾਨ ਹਾਲੇ ਤੇ ਹੋਰ ਆਊਗਾ ਬਾਈ ਹੁਣੀ ਕਹਿੰਦੇ ਵੀ ਰਾਜਪਾਲ ਸੱਦਿਆ ਤੇ ਕਿਸੇ ਗੱਲ ਤੇ ਹੀ ਸੱਦਿਆ ਰਾਜਪਾਲ ਸੱਦਿਆ ਦੇ ਕਿਸੇ ਗੱਲ ਤੇ ਹੀ ਸੱਦਿਆ ਉਧਰ ਲੱਭੇ ਦੇ ਦਰਿਆ ਬਣਿਆ ਹੁਣ ਔਰ ਪਾਣੀ ਦੇ ਮੂਹਰੇ ਹੋ ਗਿਆ ਲੱਭੇ ਦੇ ਕਿ ਦਰਿਆ ਬਣਿਆ 15 ਤੇ 16 ਨੰਬਰ 1 ਦਾ ਫਰਕ ਹੈ ਰਾਜਪਾਲ ਕਿਹੜੇ ਕਮਾਲ ਕਰ ਗਿਆ ਹੈ ਰਾਜਪਾਲ ਕਿਹੜੇ ਕਮਾਲ ਕਰ ਗਿਆ ਹੈ ਵੀ ਟੀਚੇ ਮਿੱਥਲੇ ਸੀ ਵੱਡੇ ਦੇ ਸਾਹਮਣੇ ਪਨਿਆਰੀ ਦੀ ਟੀਮ ਹੈ ਰਾਜਪਾਲ ਵਾਗੜੀ ਵਰਗੇ 10 ਬੋਲ ਕਿਹੜੀ ਹੁੰਦਾ ਕਿਵੇਂ ਚੱਲੇ ਸੀ ਬੋਟੇ ਅੱਗੇ ਆਇਆ ਤਮਾਸ਼ੇ ਅਸੀਂ ਵੇਖ ਬੱਲਿਓ ਅਸੀਂ ਉਹ ਆ ਜਿਹੜੇ ਉੱਠੇ ਥੱਲਿਓ ਅਸੀਂ ਉਹ ਆ ਆਹ ਜਿਹੜੇ ਉੱਠੇ ਥੱਲਿਓ ਬੜਾ ਡਾਊਨ ਟੂ ਅਰਥ ਹੈ ਖਿਡਾਰੀ ਬੜਾ ਟੌਪ ਰਿਹਾ ਹੈ ਔਰ ਇਨਸਾਨ ਵੀ ਬੜਾ ਟੌਪ ਰਿਹਾ ਹੈ ਆਹ ਖੇਡ ਬੜੀ ਕਮਾਲ ਦੀ ਇਧਰਲੇ ਪਾਸੇ ਲੱਭੇ ਸ਼ੋਕੀ ਦੇ ਖੁਸ਼ੀ ਹੋਣਾ ਦੀ ਕਿਤੇ ਜਾਂਦੇ ਬਣੀਆਂ ਹਰਮਨ ਖੜਾ ਹੋ ਗਿਆ ਇੱਕ ਪਾਸੇ ਔਰ ਸੋਚੀ ਜਾਂਦਾ ਵੀ ਆਉਂਦੀ ਜਾਂਦੀ ਬਾਲ ਇੱਧਰ ਹਾਏ ਓ ਰੱਬਾ ਕਰੀਏ ਕੀ ਵਿਚਾਲੇ ਨੈੱਟ ਆ ਜਾਂਦਾ ਹੈ ਇਹ ਲਵਾ ਕੇ ਸਾਈਡ ਕਰਤਾ ਤੇ ਫਿਰ ਟੱਪੇ ਟੱਪੇ ਪੈਣਿਆ ਹੈ ਗੱਲਾਂ ਵੀ ਪੱਕੀਆਂ ਆਹ ਸਾਹਮਣੇ ਨੰਬਰ ਲਾਸਟ ਆ ਗਿਆ ਹੈ ਹੱਲਾ ਗੁੱਲਾ ਹੋ ਗਿਆ ਬਾਈ ਮਾਰ ਦੋ ਲਲਕਾਰਾ ਜ਼ੋਰਦਾਰ ਇੱਥੇ ਰੱਖ ਆ ਕੁਝ ਬਾਕੀ ਸੀਗਾ ਮੈਂ ਤੇ ਪਹਿਲਾਂ ਆਖਿਆ ਸੀ
ਬਾਈ ਇੱਕ ਵਾਰ ਚੀਰ ਕਰਾ ਲੋ, ਇੱਕ ਅੱਧਾ ਨੰਬਰ ਲਾ ਲੋ, ਫੇਰ ਗੱਲ ਬਣ ਜਾਣੀ ਆ, ਫੇਰ ਗੱਲ ਬਣ ਜਾਣੀ ਆ। ਆ ਸਾਹਮਣੇ ਨੰਬਰ ਲਾਸਟ ਤੇ ਰੋਡਾ ਭੋਡਾ ਤਿਆਰ ਸਰਵਿਸ ਕਰਨ ਦੇ ਲਈ। ਆ ਸਾਹਮਣੇ ਸਰਵਿਸ ਕਿਹੜੇ ਕਰ ਦਿੱਤੀ ਆ, ਨੰਬਰ 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 ਜੋੜੂਗਾ ਕੌਣ, ਰਾਜਪਾਲ ਜਾਂ ਫਿਰ ਅਮਨ ਜਾਂ ਫਿਰ ਕਿਹੜੇ ਗੇਜੀ ਜਾਂ ਫਿਰ ਸ਼ੋਕੀ ਜਾਂ ਫਿਰ ਲੱਭਾ ਜਾਂ ਫਿਰ ਕਿਹੜੇ ਹਰਮਨ ਨੇ ਕਮਾਲ ਜਾਂ ਫਿਰ ਆਉਂਦੀ ਜਾਂਦੀ ਬਾਲ ਕੋਈ ਗੋਜੀ ਫੜਦਾ ਜਾਂ ਨਵਾਬ ਕਮਾਲ ਕਰਦਾ। ਗੱਲਾਂ ਦੋ ਯੈਸ ਜਾਂ ਫਿਰ ਨੋ, ਆਓ ਗੱਲਾਂ ਦੋ ਯੈਸ ਜਾਂ ਫਿਰ ਨੋ, ਆਓ ਬੱਲੇ 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 ਬੱਲੇ। ਰੱਬ ਤੇ ਧਰਤੀ ਥੱਲੇ ਵਿਚਾਲੇ ਪਿੰਡ ਹਜਰਾਵਾ ਤੇ ਪਟਾਕੇ ਕਿਹੜੇ ਬਾਲੀ ਵਾਲੇ ਪਈ ਜਾਂਦੇ ਆ, ਕਾਕੇ ਖਾਈ ਜਾਂਦੇ ਆ, ਲੋਕ ਨਿਆਰਾ ਲਈ ਜਾਂਦੇ ਆ। ਆ ਸਾਹਮਣੇ ਨੰਬਰ ਨੰਬਰ ਉਧਰ ਸਵਾਲ ਮੇਰੇ ਮਿੱਤਰੋ, ਨੰਬਰ ਲਾਸ ਆ ਜੁੜਨਾ ਕਿਸੇ ਗੱਲ ਤੇ, ਆ ਨਿਆਰਾ 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 ਆ ਸਾਹਮਣੇ ਆ ਸਵਾਲ ਨੰਬਰ ਲਾਸ ਕਿਸੇ ਗੱਲ ਤੇ ਜੁੜਦਾ, ਕਿਸੇ ਗੱਲ ਤੇ ਜੁੜਦਾ। ਛੋਕੀ ਕੱਲ ਲੱਭੇ ਨੂੰ ਇੱਕ ਅੱਧੀ ਪੱਟੀ ਤੋੜੇ, ਨਿਆਰਾ ਫੇਰ ਆਊਗਾ ਨਿਆਰਾ ਫੇਰ ਫੇਰ। ਆ ਬੱਲੇ 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 ਹਾਲੇ ਨੀ ਹਾਲੇ ਨੀ, ਚੰਨਾ ਖੜਾ ਗਿਆ ਹਾਲੇ, ਚੱਲ ਘਰੇ ਤੁਰ ਚੱਲ, ਚੰਨਾ ਖੜਾ ਗਿਆ ਹਾਲੇ, ਆਓ ਚੱਲ ਘਰੇ ਤੁਰ ਚੱਲ। ਆਓ ਸਾਹਮਣੇ ਨਿਆਰੇ ਆਓ ਵੱਜ ਗਏ ਮੇਰੇ ਮਿੱਤਰੋ ਸਵਾਰ। ਇੱਥੇ ਰੱਖ ਇੱਥੇ ਰੱਖ ਨੰਬਰ ਲਾਸਟ, ਇਹਦੇ ਪਾਸੇ ਹਾਏ ਓ ਰੱਬਾ, ਪੁਲਸੀਆ ਤੈਨੂੰ ਕੀ ਆਖਾਂ, ਤੈਨੂੰ ਪਾਸ ਆਖਾਂ ਕੇ ਫੇਲ ਆਖਾਂ, ਆ ਤੈਨੂੰ ਕੀ ਆਖਾਂ। ਨੰਬਰ ਲਾਸਟ ਆ ਸਵਾਰ ਬਾਈ, ਤਾੜੀ ਤੂੜੀ ਤਾੜੀ ਤੂੜੀ ਬਾਰੇ ਕੀ ਖਿਆਲ ਹੈ? ਮੇਲਾ ਹੱਲ ਗਿਆ, ਆਓ ਸਾਹਮਣੇ ਨਿਆਰੇ ਨਿਆਰੇ ਸਵਾਰ ਅੱਤ ਸਿਰਾ ਕੋਕਾ ਗੱਡਰ ਸਭ ਬੜੇ ਕਹਿੰਦੇ ਹੋਈ ਜਾਂਦਾ। ਨੰਬਰ ਲਾਸਟ ਇੱਧਰ ਹਾਲੇ ਨੀ ਹਾਲੇ ਨੀ ਹਾਲੇ ਨੀ ਹਾਲੇ ਨੀ ਹਾਲੇ ਨੀ, ਲੋਕਾਂ ਦਾ ਜ਼ੋਰ ਲੱਗਿਆ ਬਾਹਰ। ਜੋ ਬੋਲੇ ਬਾਈ ਇੱਕ ਵਾਰ ਸੱਚੇ ਦਿਲੋਂ ਤਾੜੀ ਮਾਰੋ ਯਾਰ ਦੋਨਾਂ ਟੀਮਾਂ ਲਈ, ਭਾਵੇਂ ਕੋਈ ਜਿੱਤਿਆ ਭਾਵੇਂ ਕੋਈ ਹਾਰਿਆ, ਟੀਮਾਂ ਦੋਨੇ ਚੋਟੀ ਦੀ ਖੇਡੀਆਂ। ਲਵੀ ਕੋਲ ਸਾਹਿਬ ਐਦਾਂ ਦੇ ਮੇਲੇ ਐਦਾਂ ਦੇ ਮੈਚ ਤੇ ਸਾਰੇ ਸਾਰੇ ਟੂਰਨਾਮੈਂਟ ਕੋਈ ਇੱਕ ਅੱਧਾ ਦੇਖਣ ਨੂੰ ਮਿਲਦਾ ਹੈ। ਤਿੰਨ ਚਾਰ ਮੈਚ ਲੱਗੇ ਬੜੇ ਟੌਪ ਰਹੇ, ਔਰ ਵਾਕਿਆ ਸਿਰਾ ਹੀ ਹੋ ਗਿਆ।
ਬਿਲਕੁਲ ਬਿਲਕੁਲ ਜੋਧਪੁਰੀਆਂ ਦੇ ਪਰਿਹਾਰੀ ਟੀਮ ਨੂੰ ਇਹ ਟੀਮਾਂ ਫਾਈਨਲ ਦੇ ਵਿੱਚ ਹੈ।